ਜੇਲ੍ਹ ਦੇ ਵਿੱਚੋਂ ਉਸ ਐਂਕਰ ਹਰਮੀਤ ਸਿੰਘ ਨੂੰ ਥ੍ਰੈਟਨਿੰਗ ਕਾਲਸ ਆ ਰਹੀਆਂ ਬਾਰ-ਬਾਰ ਆ ਰਹੀਆਂ ਉਹਨੇ ਫਿਰ ਬਕਾਇਦਾ ਅਖਬਾਰ ਦੇ ਵਿੱਚ ਦਿੱਤਾ ਔਰ ਸ਼ਿਕਾਇਤ ਵੀ ਕੀਤੀ ਹੈ ਅਸੀਂ ਇਸ ਕਰਕੇ ਚਿੱਠੀ ਲਿਖੀ ਹੈ ਕਿ ਸਾਡੀਆਂ ਮਿਨੋਰਟੀਜ਼ ਜਿਹੜੀਆਂ ਜਿਸ ਦੇਸ਼ ਵਿੱਚ ਵੀ ਹੋਣ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਦੇਸ਼ ਦੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਸੋ ਇਸ ਕਰਕੇ ਉੱਥੋਂ ਦੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਹੈ ਕਿ ਇਨਸ਼ੋਰ ਕਰਨ ਕਿ ਜਿਹੜੇ ਸਾਡੇ ਇਹੋ ਜਿਹੇ ਸਿੱਖੀ ਸਰੂਪ ਵਾਲੇ ਜਾਂ ਸਿੱਖ ਕੌਮ ਨਾਲ ਸੰਬੰਧਤ ਘੱਟ ਮਨੋਰਟੀਜ਼ ਜਾਂ ਬਾਕੀ ਵੀ ਜੜੀਆਂ ਮਨੋਰਟੀਜ਼ ਐ ਉਹਨਾਂ ਦੀ ਸਿਕਿਉਰਿਟੀ ਜਿਹੜੀ ਐ ਉਹ ਪ੍ਰੋਵਾਈਡ ਕੀਤੀ ਚਾਹੀਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਇਤਿਹਾਸ ਸਿੱਖ ਇਤਿਹਾਸ ਬੋਰਡ ਦੀ ਜਿਹੜੀ ਐ ਉਹ ਮੀਟਿੰਗ ਹੋਈ। ਬਹੁਤ ਸਾਰੀਆਂ ਜਿੱਥੇ ਵਿਚਾਰਾਂ ਕੀਤੀਆਂ ਗਈਆਂ। ਉਥੇ ਖਾਸ ਕਰਕੇ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਸਭ ਸ਼ਤਬਦੀ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਉਹਦੇ ਸਵੱਦ ਵਿੱਚ ਬਹੁਤ ਹੀ ਡੂੰਘੀਆਂ ਤੇ ਬੜੀਆਂ ਹੀ ਕੀਮਤੀ ਵਿਚਾਰਾਂ ਜਿਹੜੀਆਂ ਇਤਿਹਾਸਕਾਰ ਖੋਜ ਕੇ ਅੰਦਰ ਨਾਲ ਜਿਹੜੀ ਸੰਬੰਧਤ ਹੈ ਉਹਨਾਂ ਦੇ ਵਿੱਚ ਕੀਤੀ ਹੈਗੀ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਇਹ ਕੀਤਾ ਗਿਆ ਕਿ ਭਾਰਤ ਸਰਕਾਰ ਨੂੰ ਇਹ ਲਿਖਿਆ ਜਾਵੇ ਕਿ 400 ਸਾਲਾਂ ਦੇ ਸੰਬੰਧ ਵਿੱਚ ਇੱਕ ਤੇ ਟਿਕਟ ਜਾਰੀ ਕਰਨ ਇੱਕ ਸਿੱਕਾ ਜਾਰੀ ਕਰਨ ਇੱਕ ਇਨਵੈਲਪ ਲਫਾਫਾ ਇਤਿਹਾਸਕ ਜਿਹੜਾ ਉਹ ਜਾਰੀ ਕਰਨ ਉਹਦੀ ਚਿੱਠੀ ਜਿਹੜੀ ਅਸੀਂ ਅੱਜ ਕੱਢਾਂਗੇ ਕਿਉਂਕਿ ਇਹਦੇ ਵਿੱਚ ਜਿਹੜੀ ਫੈਸਲਾ ਲਿਆ ਗਿਆ ਕਿ ਇਹ ਭਾਰਤ ਸਰਕਾਰ ਨੂੰ ਲਿਖਿਆ ਜਾਏਗਾ। ਉੜੀਸਾ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਇਹ ਵੀ ਲਿਖ ਕੇ ਭੇਜਿਆ ਜਾਏਗਾ ਕਿ ਜੋ ਜਗਨਨਾਥਪੁਰੀ ਦੇ ਵਿੱਚ ਕਨਗੁਰ ਨਾਨਕ ਸਾਹਿਬ ਜੀ ਨੇ ਜਿਹੜਾ ਸਾਡਾ ਗगन ਮਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਆਰਤੀ ਉਤਾਰੀ ਆਰਤੀ ਉਚਾਰੀ ਸੀ ਉਹ ਇੱਕ ਐਂਥਮ ਜਿੱਦਾਂ ਆਫ ਦਾ ਯੂਨੀਵਰਸ ਯੂਨੀਵਰਸ ਹੈ ਉਹ ਯੂਨੀਵਰਸ ਦਾ ਇੱਕ ਐਂਥਮ ਛਵਦੇ ਉਹਨੂੰ ਉੱਥੇ ਮੋਨੂਮੈਂਟ ਦੇ ਰੂਪ ਵਿੱਚ ਜਗਨਨਾਥਪੁਰੀ ਦੇ ਐਂਟਰੈਂਸ ਤੋਂ ਪਹਿਲਾਂ ਮੋਨੂਮੈਂਟ ਦੇ ਰੂਪ ਵਿੱਚ ਉਹਨੂੰ ਸਟੈਬਲਿਸ਼ ਕੀਤਾ ਜਾਵੇ ਤਾਂ ਜੋ ਸਾਰੀ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਇਹ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਯੂਨੀਵਰਸ ਨੂੰ ਕਿਹੜਾ ਐਂਥਮ ਦਿੱਤਾ ਸੀ ਕਿਹੜੀ ਵਿਚਾਰਧਾਰਾ ਦਿੱਤੀ ਸੀ ਤਾਂ ਜੋ ਹਰ ਇੱਕ ਦੇ ਹਿਰਦੇ ਵਿੱਚ ਜਿਹੜੀ ਹੈ ਉਹ ਵਸੇ ਤੇ ਉੱਥੇ ਕਿੱਥੇ ਦਿੱਤੀ ਸੀ ਜਗਨਨਾਥਪੁਰੀ ਦੇ ਵਿੱਚ ਉੱਥੇ ਮੋਨੂਮੈਂਟ ਤਿਆਰ ਕੀਤਾ ਜਾਵੇ